ਆਪ ਸਰਬ ਸੰਗਤ ਨੂੰ ਵਧਾਈਆਂ ਦਾਸਾਂ ਵੱਲੋਂ ਸਮੁੱਚੀ ਕੌਮ ਦਾ ਜਨਮ ਦਿਨ ਮਨਾ ਰਹੇ। ਆਪਣਾ ਆਪਣਾ ਤਾਂ ਹਰ ਕੋਈ ਮਨਾਉਂਦਾ ਹੈ, ਪਰ ਕਿਸੇ ਕੌਮ ਦਾ ਜਨਮ ਦਿਨ ਇਕੱਠਿਆਂ ਸਾਰੇ ਰਲ ਕੇ ਮਨਾਉਣ ਬੜੇ ਵਧਾਈ ਦੀ ਗੱਲ ਹੈ। ਆਓ ਸ਼ਬਦ ਨਾਲ ਜੁੜੀਏ, ਪਿਤਾ ਪਾਰ ਬ੍ਰਹਮ ਪ੍ਰਭਧਨੀ ਮੋਹਿ ਨਿਸਤਾਰੋ ਨਿਰਗੁਣੀ। ਇਸ ਸ਼ਬਦ ਵਿੱਚ ਇੱਕ ਤੁਕ ਆਉਂਦੀ ਹੈ, ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕੱਲ ਮੈਂ ਸੁਖੀਏ ਸੇ ਗਨੀ। ਜੇ ਇਸ ਕਲਯੁੱਗ ਵਿੱਚ ਸੁੱਖ ਲੈਣਾ ਹੈ ਤਾਂ ਇਸ ਪ੍ਰਭੂ ਦੇ ਨਾਮ ਨਾਲ ਜੁੜਨਾ ਪਵੇਗਾ। ਆਓ ਸ਼ਬਦ ਸਰਵਣ ਕਰੀਏ। ਪ੍ਰਭ ਤਨੀ ਪਿਤਾ
ਗੁਰੂ ਖਾਲਸਾ ਸਾਹਿਬ ਸੰਗਤ ਗੱਜ ਗੱਜ ਕੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਸਨ ਭਾਈ ਹਰਮੋਹਨ ਸਿੰਘ ਜੀ ਜਖਮੀ, ਜੋ ਅੱਗੇ ਵੀ ਸਮੇਂ ਸਮੇਂ ਨਾਲ ਸੰਗਤਾਂ ਦੀ ਹਾਜ਼ਰੀ ਸ਼ਬਦ ਕੀਰਤਨ ਦੁਆਰਾ ਨਾਲ ਭੰਡੇ ਰਹਿੰਦੇ ਹਨ। ਹੁਣ ਭਾਈ ਸਤਮੋਹਨ ਸਿੰਘ, ਭਾਈ ਵਿਕਰਮ ਸਿੰਘ, ਭਾਈ ਗੁਰਮੁਖ ਸਿੰਘ, ਭਾਈ ਓਮਵੀਰ ਸਿੰਘ ਦਾ ਰਾਗੀ ਜਥਾ, ਜੋ ਇਸ ਦਰਬਾਰ ਦਾ ਹਜ਼ੂਰੀ ਰਾਗੀ ਜਥਾ ਹੈ, ਅਸੀਂ ਇਹ ਫਰਜ਼ ਸਮਝਦੇ ਸੀ ਕਿ ਆਪ ਸੰਗਤਾਂ ਜਿਹੜੀਆਂ ਨਵੀਆਂ ਆਈ ਹਨ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਜਾਵੇ, ਜੋ ਇੱਥੇ ਮੌਜੂਦਾ ਰਾਗੀ ਜਥਾ ਹਨ ਉਹਨਾਂ ਤੋਂ ਵੀ ਜਦੋਂ ਦਰਬਾਰ ਦੀ ਸੰਗਤ ਦੀ ਇਕੱਤਰਤਾ ਹੋਵੇ ਉਹਨਾਂ ਵੱਲੋਂ ਹਾਜ਼ਰੀ ਭਰਾਈ ਜਾਵੇ। ਭਾਵੇਂ ਪਹਿਲਾਂ ਸ਼ਬਦ ਗਾਇਨ ਕਰ ਚੁੱਕੇ ਹਨ, ਹੁਣ ਇਹ ਸਿਰਫ 5 ਮਿੰਟ ਵਾਸਤੇ ਆਪ ਸੰਗਤਾਂ ਦੇ ਹਾਜ਼ਰੀ ਭਰਨਗੇ। ਉਪਰੰਤ ਸਾਡੇ ਕੋਲ ਭਾਈ ਬਲਜਿੰਦਰ ਸਿੰਘ ਵੀਰ ਕਥਾਵਾਚਕ ਹਨ, ਉਹ 25 ਮਿੰਟ ਵਾਸਤੇ 12:30 ਤੋਂ 12:55 ਤੱਕ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਉਪਰੰਤ ਭਾਈ ਦਲਵੀਰ ਸਿੰਘ ਜੀ ਪੰਗਾ, ਉਹ ਸੰਗਤਾਂ ਦੇ ਸਪੁਰਦ ਹੋਣਗੇ, ਸਿਰਫ 5 ਮਿੰਟ ਲਈ ਗੁਰਮਤਿ ਵਿਚਾਰਾਂ ਦਾ ਸਾਂਝ ਪਾਉਣਗੇ। ਪੂਰੇ 1 ਵਜੇ ਢਾਡੀ ਸਿੰਘਾਂ ਦਾ ਜਥਾ ਆਪਾਂ ਕੋਲ ਆਇਆ ਹੈ, ਉਹ 1 ਵਜੇ ਤੋਂ ਲੈ ਕੇ 1:40 ਤੱਕ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਆਓ ਹੁਣ ਇਸ ਰਹਿੰਦੇ ਸਮੇਂ ਦਾ ਇਸ ਤਰ੍ਹਾਂ ਹੀ ਆਨੰਦ ਮਾਣੀਏ। ਫਤਿਹ ਗਜਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਨਾ ਜਾਨਾ ਬੈਕੁੰਠ ਕਹਾਂ, ਨਾ ਜਾਨਾ ਬੈਕੁੰਠ ਕਹਾਂ, ਜਾਨ ਜਾਨ ਸਭ ਕਹਿ ਤਹਾਂ, ਜਾਨ ਜਾਨ ਸਭ ਕਹਿ ਤਹਾਂ, ਜਾਨ ਜਾਨ ਸਭ ਕਹਿ ਤਹਾਂ, ਨਾ ਜਾਨਾ ਬੈਕੁੰਠ ਕਹਾਂ, ਨਾ ਜਾਨਾ ਬੈਕੁੰਠ ਕਹਾਂ। ਤਾਂ
ਹਸਤੀ ਮੁਕੱਦਸ ਲਾ ਇੰਤਹਾ ਪ੍ਰਭੂ ਦੀ ਯਾਦ ਅੰਦਰ ਜੁੜ ਬੈਠੇ ਮਾਈ ਭਾਈ ਗੁਰੂ ਕੀ ਸਾਜੀ ਨਿਵਾਰ ਜੀ ਸਤਸੰਗ ਜੀ ਆਓ ਇੱਕ ਵਾਰ ਸਾਰੀ ਸੰਗਤ ਸੀਸ ਚੁਕਾ ਕੇ ਨਿਮਰਤਾ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸ਼ਬਦ ਨੂੰ ਚਾਰ ਅੱਖਰ ਲੱਗਦੇ ਹਨ ਵਾ ਵਾ ਹਾ ਹਾ ਗੱਗਾ ਤੇਰਾ ਜਿਸ ਵੇਲੇ ਮੇਰੇ ਸਤਿਗੁਰੂ ਇਸ ਸੰਸਾਰ ਤੇ ਆਏ ਸਨ ਪਹਿਲਾਂ ਬਹੁਤ ਨਾਮ ਸਨ ਤੇ ਜੇ ਗੁਰੂ ਜੀ ਇੱਕ ਹੋਰ ਨਾਮ ਦੇ ਜਾਂਦੇ ਤਾਂ ਫਿਰ ਹੋਰ ਇੱਕ ਵੱਖਰੀ ਲਾਈਨ ਬਣ ਜਾਂਦੀ ਮੇਰੇ ਸਤਿਗੁਰੂ ਜੀ ਲਾਈਨਾਂ ਪਾਲਾਂ ਬਣਾਉਂਦੀਆਂ ਨਹੀਂ ਸਨ ਚਾਹੁੰਦੇ ਉਹ ਦੀਵਾਰਾਂ ਉਹ ਲਾਈਨਾਂ ਉਹ ਪਾਲਾਂ ਤੋੜਨੀਆਂ ਚਾਹੁੰਦੇ ਸਨ ਤੇ ਸਿੱਖ ਨੂੰ ਸਚਿਆਰ ਬਣਾਉਣਾ ਚਾਹੁੰਦੇ ਸਨ ਕਿ ਉਹ ਸਚਿਆਰਾ ਹੋਈ ਹੈ ਕਿ ਉਹ ਕੂੜਾ ਟੁੱਟੈ ਪਾਲ ਕਿਵੇਂ ਵੱਖਰੀਆਂ ਵੱਖਰੀਆਂ ਜਿਹੜੀਆਂ ਪਰੰਪਰਾਵਾਂ ਹਨ ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਖੜਾ ਕੀਤਾ ਜਾਏ ਤਾਂ ਸਭ ਤੋਂ ਪਹਿਲਾਂ ਉਹ ਸ਼ਬਦ ਜ਼ਰੂਰੀ ਸੀ ਜਿਹੜਾ ਸੰਸਾਰ ਨੂੰ ਮਨੁੱਖਤਾ ਨੂੰ ਇੱਕ ਕਰ ਸਕਦਾ ਪਹਿਲੇ ਦੀਵਾਨਾਨੰਦ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਦੇ ਅੰਦਰ ਰੱਖੇ ਗਏ ਉਹ ਓਅੰਕਾਰ ਤੋਂ ਪਹਿਲਾਂ ਇੱਕ ਤਾਂ ਜਿਹੜਾ ਹਿੰਸਾ ਹੈ ਉਹਦੀ ਬਾਬਤ ਵਿਚਾਰਾਂ ਕੀਤੀਆਂ ਸਨ ਅਤੇ ਸਤਿਗੁਰੂ ਦਾ ਮਕਸਦ ਸੀ ਸੰਸਾਰ ਨੂੰ ਇੱਕ ਕਰਨਾ ਸੰਸਾਰ ਨੂੰ ਮਨੁੱਖਤਾ ਦਾ ਸੱਚਾ ਅਤੇ ਸੁੱਚਾ ਸਬਕ ਬਣਾਉਣਾ ਅਤੇ ਫਿਰ ਇੱਕ ਸ਼ਬਦ ਵਾਹਿਗੁਰੂ ਸ਼ਬਦ ਵਾਹਿਗੁਰੂ ਸ਼ਬਦ ਨੂੰ ਚਾਰ ਅੱਖਰ ਲੱਗਦੇ ਨੇ ਚਾਰ ਹੀ ਯੁੱਗ ਮੰਨੇ ਗਏ ਹਨ ਸਤਯੁਗ ਤ੍ਰੇਤਾ ਦੁਆਪਰ ਤੇ ਕਲਯੁਗ ਚਾਰ ਹੀ ਵਰਨ ਮੰਨੇ ਗਏ ਹਨ ਖੱਤਰੀ ਬ੍ਰਾਹਮਣ ਸੂਦਰ ਤੇ ਵੈਸ਼ ਚਾਰ ਵੇਦ ਹਨ ਚਾਰ ਪਦਾਰਥ ਹਨ ਇਸ ਬਿਊਰੇ ਵਿੱਚ ਨਾ ਜਾਵਾਂ ਸਤਿਗੁਰੂ ਜੀ ਨੇ ਜਿਹੜਾ ਵਾਹਿਗੁਰੂ ਸ਼ਬਦ ਲਿਆ ਉਹਦੇ ਰਾਹੀਂ ਵੀ ਦੀਵਾਰਾਂ ਤੋੜੀਆਂ ਹਨ ਉਹਦੇ ਰਾਹੀਂ ਵੀ ਪਾਲਾਂ ਤੋੜ ਦਿੱਤੀਆਂ ਹਨ ਕਿਉਂਕਿ ਚਾਰ ਅੱਖਰਾਂ ਦਾ ਸੁਮੇਲ ਕਰ ਲਿਆ ਚਾਰਾਂ ਨੂੰ ਇਕੱਠਿਆਂ ਕਰ ਦਿੱਤਾ ਵਿਦਵਾਨਾਂ ਨੇ ਆਪਣੀ ਆਪਣੀ ਬੁੱਧ ਮੁਤਾਬਕ ਆਪਣੇ ਆਪਣੇ ਖਿਆਲਾਤ ਪੇਸ਼ ਕੀਤੇ ਨੇ ਚਾਰ ਅੱਖਰ ਹਨ ਵਾਹਾ ਹਾਹਾ ਗੱਗਾ ਤੇ ਰਾਰਾ ਵਿਦਵਾਨ ਕਹਿੰਦਾ ਵਾਹਿਗੁਰੂ ਕੇ ਵਾਹ ਮੇ ਵਿਸ਼ਨੂੰ ਕੀ ਆਵਾਜ਼ ਹੈ ਵਾਹਿਗੁਰੂ ਕੇ ਹਾ ਮੇ ਹਰੇ ਕ੍ਰਿਸ਼ਨ ਸ਼ਾਦ ਹੈ ਵਾਹਿਗੁਰੂ ਕੇ ਗਾ ਮੇ ਗੋਬਿੰਦ ਕੇ ਗੁਣ ਹੈ ਵਾਹਿਗੁਰੂ ਕੇ ਰਾਹ ਮੇ ਸਦਾ ਰਾਮ ਆਬਾਦ ਹੈ ਇੱਕ ਹੋਰ ਵਿਚਾਰਵਾਨ ਵਾਹਿਗੁਰੂ ਬਾਰੇ ਆਪਣੇ ਖਿਆਲਾਂ ਦਾ ਇਜ਼ਹਾਰ ਕਰਦਾ ਹੋਇਆ ਕਹਿੰਦਾ ਹੈ ਉਹ ਕਹਿੰਦਾ ਵਾਹ ਵਾਹ ਵਾਸ ਦੇਵ ਕਾ ਜਾਪ ਹਾਹਾ ਹਰ ਕਾ ਵੱਡਾ ਪ੍ਰਤਾਪ ਗੱਗਾ ਗੋਬਿੰਦ ਗੁਣੀ ਨਿਧਾਨ ਰਾਰਾ ਰਾਮ ਰਾਮ ਪ੍ਰਧਾਨ ਵਾਹਿਗੁਰੂ ਮੰਤਰ ਕੇ ਅੱਖਰ ਚਾਰ ਜੋ ਜਨ ਜਪੈ ਸੂਤਰੇ ਪਾਰ ਗਿਆਨੀ ਕਰਮ ਸਿੰਘ ਜੀ ਬਾਲਨ ਦਿੱਲੀ ਵਾਲੇ ਬੜੇ ਮਹਾਨ ਵਿਦਵਾਨ ਹੋਏ ਨੇ ਉਹਨਾਂ ਨੇ ਵੀ ਦੋ ਲਾਈਨਾਂ ਲਿਖੀਆਂ ਹਨ ਬੜੀਆਂ ਖੂਬਸੂਰਤ ਉਹ ਕਹਿੰਦੇ ਵਾਹਿਗੁਰੂ ਕਹਿਨੇ ਸੇ ਮਿਲਤਾ ਹੈ ਮੌਲਾ ਵਾਹਿਗੁਰੂ ਕਹਿਨੇ ਸੇ ਮਿਲਤਾ ਹੈ ਮੌਲਾ
मोमन को जन्नत दिलाता है वाहिगुरु, वाहिगुरु खिजाब को गुलशन बनाता है, 84 की गदिश मिटाता है वाहिगुरु। एक निरोल पंजाबी दा राइटर होया है, वो भी इतने अपने ख्याल पेश करता है, क्योंकि पंजाबी दी थोड़ी वक्री पहचान, वक्रा पहरावा, वक्रा बोल चाल, हर अदा वक्री है। तो वाहिगुरु बारे थोड़ा मनुख नूं चोट मार के जागृत करता है। वो कहिंदा, मित्र मरे जो घात दे करन वाला, पुत्र मरे जो आग्याकार नहीं, ती मरे जो कुल नूं दाग लावे, नूह मरे जेड़ी शर्मशार नहीं, रोगी मरे जो निटदा रहे दुखिया, डॉक्टर मरे जीदा दारूकार नहीं, राजा मरे जो प्रजा नूं दुख देवे, प्रजा मरे जीदे दिल सत्कार नहीं, वो भी मरे जहान तो साध संगत जीदा वाहिगुरु नाल प्यार नहीं। असल वाहिगुरु दा सतगुरु दा प्यार ही जीवन है, उदा सिमरन ही जीवन है, इस तो बगैर ता मौत है। आखां जीवां विसरे बरदा, तो सतगुरु ने एक नवी जिंदगी जिहड़ी जिंदगी मौत विचों प्राप्त हुई वो बख्शी है सानू, ते ओ जिंदगी बख्श के जिहदी आरंभता जिहदा जीवन मौत तो आरंभ हुंदा है, जिहदी शुरुआत मौत तो हुंदी है, ते सानू बख्शिश की कीती है, फतेह दी बख्शिश। मेरे तो पहला खालसे दे नाल संबंधित कई शब्द रागी जथियां ने गायन किए, साड़ी झोली भी सतगुरु ने फतेह पाई है, जित पाई है, ते नाल दी नाल सर्ब सांझी वालता, वखरे वखरे विचारवानों के विचार तुहाड़ी खिदमत नजर कीते हैं वाहिगुरु बारे, पर सब तो प्रमाणिक बात भट्टा ने बाणी के अंदर कही है, आपां बाणी की गल नूं सब तो उपर सात सात श्री निवास आद पुरख सदा तू ही वाहिगुरु 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 वाहे जी, तुसी आओ बख्श करो चढ़दी कला नाल, क्योंकि खालसे का साजना दिवस अज मना रहे हैं, तो फतेह जिहड़ी है यह फिर चढ़दी कला नाल सारी संगत प्रवान करो, गढ़ के आखो जी वाहेगुरु जी का खालसा वाहेगुरु जी की फतेह। वैसाखी 2012 के सिरलेख हेठ अज का यह प्रोग्राम समागम हो रहा है। भावें संपूर्ण तौर पर यह संबंध खालसे की सरजना दिवस की वैसाखी के नाल ज्यादा है, लेकिन इसकी महानता जिहड़ी है यह धन गुरु नानक महाराज जी तो लैके ही बहुत वड्डी है। धन गुरु नानक महाराज सिख धर्म की बुनियाद रखने वाले सतगुरु ने संसार में एक प्लेटफार्म देने लिए, एक सिद्धांत देने लिए जदों शुरुआत की, जदों आरंभ गल की, जिवें अज आप आरंभ कर रहे हैं, यह पहला समागम आरंभता का समागम हो रहा है, दो संस्थावां दे सुमेल दा, दो वक्रियां वक्रियां कमेटियां दे जुड़ मिल के बैठन दा आरंभता दा। जदों सतगुरु नानक महाराज जी ने गुरमत विचारधारा नूं बकायदा तौर ते उदासियां दे रूप विच शुरू कीता, ते विद्वान कहिंदे ने कि ओह दिन विसाखी दा सी, उचारण करो जी सतनाम, जिस वेले
तीसरे पातशाह तरन तारण साहिब श्री गुरु अमरदास महाराज जी ने गोइंदवाल साहिब की पावन धरती के उपर संगत और पंगत के सिद्धांत को दृढ़ किया। मकसद एक ही सी, गुरु नानक महाराज जी के उदासियां आरंभ करने का मकसद भी मनुखता को एक करना, गुरु अमरदास महाराज जी का संगत और पंगत का सिद्धांत लागू करना भी एकता का प्रतीक। संगत भी एकता का प्रतीक है, पंगत भी एकता का प्रतीक है। पर खूबी की बात यह है कि जिस संगत में आके बैठ के गुरु का सिद्धांत सुनना है, तो गुरु के दरबार में आने तो पहला ही पंगत में बैठन का ते बैठ के गुरु का लंगर छकन का हुक्म गुरु तेग बहादुर महाराज जी ने किया। और यह कहा, पहले पंगत पातशाह संगत, पहले पंगत में बैठ के गुरु का लंगर पानी छक के फिर आके गुरु दरबार में गुरु शब्द का लंगर। यह सिद्धांत जिहड़ा सी इह कित्थों तक लागू होया, इतिहासकार कहिंदे ने कि अकबर बादशाह भी गुरु दरबार विच आया ते अकबर बादशाह ने भी गुरु के लंगर विच बैठ के गुरु की पंगत विच बैठ के प्रशादा छकिया। उच्चारण करो जी सतनाम श्री वाहिगुरु। ते केवल प्रशादा छकिया ही नहीं, केवल लंगर छकिया ही नहीं, बल्कि लंगर छकन तो बाद अकबर इन्ना प्रभावित होया, इन्ना आनंदित होया ते कह उठा, मैं दुनिया में संसार अंदर दुनिया के बड़े अनमोल पदार्थ देखे हैं, खाधे हैं, पर जो आनंद इस गुरु के लंगर विचों प्राप्त होया, अज तक दुनिया के किसी खाने विचों ये लंगर ये आनंद प्राप्त नहीं होया। संगत और पंगत का सिद्धांत बख्शी किया, जिहड़ियां दूरियां सन उन्हां नूं हौली हौली वटाउण दा यत्न किया। तां फिर एक दिन जिथे जा सिखाई सानूं एक पंगत विच बैठन दी, एक संगत विच बैठन दी, ते फिर नाल दी नाल उत्थे एक बौली साहिब दा अस्थान जिहड़ा सी उह स्थापित किया, श्री गोइंदवाल साहिब जी दी पावन धरती। और वह बौली साहब स्थान की कार सेवा हुई, जो आप इस स्थान की कार सेवा की और कर रहे हो, यूं सेवा हुई कि जिस दिन उस बौली साहब का कर टुटा, थल्यों जल का सोमा फुटिया, उस वेले भाई मानिक उसकी लपेट में आ गया, एक दम इन्ना ज्यादा जल उभर के बाहर नू आया कि भाई मानक उत्थे शहीद हो गया। वो दिन वैसाखी का सी, उच्चारण करो जी सतनाम श्री वाहिगुरु। सतगुरु ने हुक्म किया कि जेड़ा इस बौली साहिब अंदर इशनान करेगा उहदी कल्याण होवेगी, उहदे ते रहमतां होणगीआं, क्योंकि जदों एक संगत विच बैठन की जाच आ गई, एक पंगत विच बैठन की जाच आ गई, तो हो सकता है कि थोड़ी बहुती गल फर्क मन में रह जाए, पर जदों इको ही बौली साहिब अंदर सारिया ने इशनान कराया इको जगह पर, जिथे वक् वक् खूहों के उत्ते पानी भरते सन, वक्रे वक्रे इशनान करते सन, जदों इको बौली साहिब से इशनान कर लिया, क्योंकि सब तो वड्डी पिट पानी की मनी जाती है, ते सर लोक विच चौरासी कटी गई। उच्चारण करो जी सतनाम श्री वाहिगुरु। फिर इहदे नाल नाल सरोवरां की तामीर भी की, श्री अमृतसर साहिब जी की पावन धरती के उपर गुरु रामदास चौथे पातशाह सोही सुल्तान सतगुरु
ਜਿਨ੍ਹਾਂ ਨੇ ਸਰੋਵਰਾਂ ਦੀ ਉਸਾਰੀ ਕੀਤੀ, ਸਰੋਵਰਾਂ ਦੀ ਕਾਰ ਸੇਵਾ ਲਗਵਾਈ, ਤੇ ਫਿਰ ਸਾਰੇ ਉਹਨਾਂ ਸਰੋਵਰਾਂ ਵਿੱਚ ਆ ਕੇ ਇਸ਼ਨਾਨ ਕਰਦੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਇਸ਼ਨਾਨ ਕਰਕੇ ਪਰਮੇਸ਼ਰ ਦਾ ਵਾਹਿਗੁਰੂ ਦਾ ਸਿਮਰਨ ਕਰਦੇ ਤੇ ਤਨ ਮਨ ਆਰੋਗ ਹੋ ਜਾਂਦਾ, ਸਰੀਰ ਦੇ ਕਲੇਸ਼ ਵੀ ਕੱਟੇ ਜਾਂਦੇ ਤੇ ਮਨ ਦੇ ਕਲੇਸ਼ ਵੀ ਕੱਟੇ ਜਾਂਦੇ। ਫਿਰ ਪੰਚਮ ਪਾਤਸ਼ਾਹ ਸਤਿਗੁਰੂ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੇ ਉਸ ਸਰੋਵਰ ਦੇ ਅੰਦਰ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਨੂੰ ਸਾਜਣ ਦਾ ਪ੍ਰੋਗਰਾਮ ਬਣਾਇਆ ਤੇ ਉਹਦੀ ਬੁਨਿਆਦ ਤੋਲੀ, ਪਹਿਲੀ ਇੱਟ ਕਿਸੇ ਸਿੱਖ ਤੋਂ ਨਹੀਂ ਰਖਵਾਈ। ਕਿਸ ਤੋਂ ਰਖਵਾਈ? ਇੱਕ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ, ਉਹਦੇ ਤੇ ਕਿਰਪਾ ਕੀਤੀ, ਉਸਨੂੰ ਬਖਸ਼ ਕੀਤੀ ਕਿ ਉਹਦੇ ਤੋਂ ਇੱਕ ਪਹਿਲੀ ਇੱਟ ਸ੍ਰੀ ਹਰਿਮੰਦਰ ਸਾਹਿਬ ਦੀ ਰਖਵਾਈ ਗਈ ਤੇ ਉਹਦੇ ਚਾਰ ਦਰਵਾਜ਼ੇ ਰੱਖੇ। ਚਾਰ ਦਰਵਾਜ਼ੇ, ਚਾਰ ਵਰਨਾਂ ਨੂੰ ਸਾਂਝਾ ਉਪਦੇਸ਼ ਹੈ, ਖੱਤਰੀ ਬ੍ਰਾਹਮਣ ਸੂਦ ਵੈਸ਼, ਉਪਦੇਸ਼ ਚਹੂੰ ਵਰਨਾਂ ਕੋ ਸਾਂਝਾ, ਇਹ ਸਿਧਾਂਤ ਹੈ ਗੁਰੂ ਦਾ। ਉਹਦੇ ਤੇ ਕਿਰਪਾ ਕੀਤੀ, ਉਸਨੂੰ ਬਖਸ਼ ਕੀਤੀ ਕਿ ਉਹਦੇ ਤੋਂ ਇੱਕ ਪਹਿਲੀ ਇੱਟ ਸ੍ਰੀ ਹਰਿਮੰਦਰ ਸਾਹਿਬ ਦੀ ਰਖਵਾਈ ਗਈ ਤੇ ਉਹਦੇ ਚਾਰ ਦਰਵਾਜ਼ੇ ਰੱਖੇ। ਚਾਰ ਦਰਵਾਜ਼ੇ, ਚਾਰ ਵਰਨਾਂ ਨੂੰ ਸਾਂਝਾ ਉਪਦੇਸ਼ ਹੈ, ਖੱਤਰੀ ਬ੍ਰਾਹਮਣ ਸੂਦ ਵੈਸ਼, ਉਪਦੇਸ਼ ਚਹੂੰ ਵਰਨਾਂ ਕੋ ਸਾਂਝਾ, ਇਹ ਸਿਧਾਂਤ ਹੈ ਗੁਰੂ ਦਾ। ਉਹਦੇ ਤੇ ਕਿਰਪਾ ਕੀਤੀ, ਉਸਨੂੰ ਬਖਸ਼ ਕੀਤੀ ਕਿ ਉਹਦੇ ਤੋਂ ਇੱਕ ਪਹਿਲੀ ਇੱਟ ਸ੍ਰੀ ਹਰਿਮੰਦਰ ਸਾਹਿਬ ਦੀ ਰਖਵਾਈ ਗਈ ਤੇ ਉਹਦੇ ਚਾਰ ਦਰਵਾਜ਼ੇ ਰੱਖੇ। ਚਾਰ ਦਰਵਾਜ਼ੇ, ਚਾਰ ਵਰਨਾਂ ਨੂੰ ਸਾਂਝਾ ਉਪਦੇਸ਼ ਹੈ, ਖੱਤਰੀ ਬ੍ਰਾਹਮਣ ਸੂਦ ਵੈਸ਼, ਉਪਦੇਸ਼ ਚਹੂੰ ਵਰਨਾਂ ਕੋ ਸਾਂਝਾ, ਇਹ ਸਿਧਾਂਤ ਹੈ ਗੁਰੂ ਦਾ। ਉਹਦੇ ਤੇ ਕਿਰਪਾ ਕੀਤੀ, ਉਸਨੂੰ ਬਖਸ਼ ਕੀਤੀ ਕਿ ਉਹਦੇ ਤੋਂ ਇੱਕ ਪਹਿਲੀ ਇੱਟ ਸ੍ਰੀ ਹਰਿਮੰਦਰ ਸਾਹਿਬ ਦੀ ਰਖਵਾਈ ਗਈ ਤੇ ਉਹਦੇ ਚਾਰ ਦਰਵਾਜ਼ੇ ਰੱਖੇ। ਚਾਰ ਦਰਵਾਜ਼ੇ, ਚਾਰ ਵਰਨਾਂ ਨੂੰ ਸਾਂਝਾ ਉਪਦੇਸ਼ ਹੈ, ਖੱਤਰੀ ਬ੍ਰਾਹਮਣ ਸੂਦ ਵੈਸ਼, ਉਪਦੇਸ਼ ਚਹੂੰ ਵਰਨਾਂ ਕੋ ਸਾਂਝਾ, ਇਹ ਸਿਧਾਂਤ ਹੈ ਗੁਰੂ ਦਾ। ਉਹਦੇ ਤੇ ਕਿਰਪਾ ਕੀਤੀ, ਉਸਨੂੰ ਬਖਸ਼ ਕੀਤੀ ਕਿ ਉਹਦੇ ਤੋਂ ਇੱਕ ਪਹਿਲੀ ਇੱਟ ਸ੍ਰੀ ਹਰਿਮੰਦਰ ਸਾਹਿਬ ਦੀ ਰਖਵਾਈ ਗਈ ਤੇ ਉਹਦੇ ਚਾਰ ਦਰਵਾਜ਼ੇ ਰੱਖੇ। ਚਾਰ ਦਰਵਾਜ਼ੇ, ਚਾਰ ਵਰਨਾਂ ਨੂੰ ਸਾਂਝਾ ਉਪਦੇਸ਼ ਹੈ, ਖੱਤਰੀ ਬ੍ਰਾਹਮਣ ਸੂਦ ਵੈਸ਼, ਉਪਦੇਸ਼ ਚਹੂੰ ਵਰਨਾਂ ਕੋ ਸਾਂਝਾ, ਇਹ ਸਿਧਾਂਤ ਹੈ ਗੁਰੂ ਦਾ। ਉਹਦੇ ਤੇ ਕਿਰਪਾ ਕੀਤੀ, ਉਸਨੂੰ ਬਖਸ਼ ਕੀਤੀ ਕਿ ਉਹਦੇ ਤੋਂ ਇੱਕ ਪਹਿਲੀ ਇੱਟ ਸ੍ਰੀ ਹਰਿਮੰਦਰ ਸਾਹਿਬ ਦੀ ਰਖਵਾਈ ਗਈ ਤੇ ਉਹਦੇ ਚਾਰ ਦਰਵਾਜ਼ੇ ਰੱਖੇ। ਚਾਰ ਦਰਵਾਜ਼ੇ, ਚਾਰ ਵਰਨਾਂ ਨੂੰ ਸਾਂਝਾ ਉਪਦੇਸ਼ ਹੈ, ਖੱਤਰੀ ਬ੍ਰਾਹਮਣ ਸੂਦ ਵੈਸ਼, ਉਪਦੇਸ਼ ਚਹੂੰ ਵਰਨਾਂ ਕੋ ਸਾਂਝਾ, ਇਹ ਸਿਧਾਂਤ ਹੈ ਗੁਰੂ ਦਾ। ਉਹਦੇ ਤੇ ਕਿਰਪਾ ਕੀਤੀ, ਉਸਨੂੰ ਬਖਸ਼ ਕੀਤੀ ਕਿ ਉਹਦੇ ਤੋਂ ਇੱਕ ਪਹਿਲੀ ਇੱਟ ਸ੍ਰੀ ਹਰਿਮੰਦਰ ਸਾਹਿਬ ਦੀ ਰਖਵਾਈ ਗਈ ਤੇ ਉਹਦੇ ਚਾਰ ਦਰਵਾਜ਼ੇ ਰੱਖੇ। ਚਾਰ ਦਰਵਾਜ਼ੇ, ਚਾਰ ਵਰਨਾਂ ਨੂੰ ਸਾਂਝਾ ਉਪਦੇਸ਼ ਹੈ, ਖੱਤਰੀ ਬ੍ਰਾਹਮਣ ਸੂਦ ਵੈਸ਼, ਉਪਦੇਸ਼ ਚਹੂੰ ਵਰਨਾਂ ਕੋ ਸਾਂਝਾ, ਇਹ ਸਿਧਾਂਤ ਹੈ ਗੁਰੂ ਦਾ। ਉਹਦੇ ਤੇ ਕਿਰਪਾ ਕੀਤੀ, ਉਸਨੂੰ ਬਖਸ਼ ਕੀਤੀ ਕਿ ਉਹਦੇ ਤੋਂ ਇੱਕ ਪਹਿਲੀ ਇੱਟ ਸ੍ਰੀ ਹਰਿਮੰਦਰ ਸਾਹਿਬ ਦੀ ਰਖਵਾਈ ਗਈ ਤੇ ਉਹਦੇ ਚਾਰ ਦਰਵਾਜ਼ੇ ਰੱਖੇ।
चार दरवाजे, चार वर्णा नु समझा उपदेश है खत्री ब्राह्मण सूद वैश्य उपदेश चहूं वर्णा को साझा यह सिद्धांत है गुरु का। ओदे ते कृपा कीती, उसने बख्श कीती कि ओदे को एक पहली इट श्री हरमंदर साहब की रखवाई गई ते ओदे चार दरवाजे रखे, चार दरवाजे, चार वर्णा नु समझा उपदेश है खत्री ब्राह्मण सूद वैश्य उपदेश चहूं वर्णा को साझा यह सिद्धांत है गुरु का। ओदे ते कृपा कीती, उसने बख्श कीती कि ओदे को एक पहली इट श्री हरमंदर साहब की रखवाई गई ते ओदे चार दरवाजे रखे, चार दरवाजे, चार वर्णा नु समझा उपदेश है खत्री ब्राह्मण सूद वैश्य उपदेश चहूं वर्णा को साझा यह सिद्धांत है गुरु का। ओदे ते कृपा कीती, उसने बख्श कीती कि ओदे को एक पहली इट श्री हरमंदर साहब की रखवाई गई ते ओदे चार दरवाजे रखे, चार दरवाजे, चार वर्णा नु समझा उपदेश है खत्री ब्राह्मण सूद वैश्य उपदेश चहूं वर्णा को साझा यह सिद्धांत है गुरु का। ओदे ते कृपा कीती, उसने बख्श कीती कि ओदे को एक पहली इट श्री हरमंदर साहब की रखवाई गई ते ओदे चार दरवाजे रखे, चार दरवाजे, चार वर्णा नु समझा उपदेश है खत्री ब्राह्मण सूद वैश्य उपदेश चहूं वर्णा को साझा यह सिद्धांत है गुरु का। ओदे ते कृपा कीती, उसने बख्श कीती कि ओदे को एक पहली इट श्री हरमंदर साहब की रखवाई गई ते ओदे चार दरवाजे रखे, चार दरवाजे, चार वर्णा नु समझा उपदेश है खत्री ब्राह्मण सूद वैश्य उपदेश चहूं वर्णा को साझा यह सिद्धांत है गुरु का। ओदे ते कृपा कीती, उसने बख्श कीती कि ओदे को एक पहली इट श्री हरमंदर साहब की रखवाई गई ते ओदे चार दरवाजे रखे, चार दरवाजे, चार